ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਅਤੇ ਖਬਰ ਸ਼ੇਅਰ ਬਾਜ਼ਾਰ ਦੇ ਨਾਲ ਜੁੜੀ ਹੋਈ ਹੈ। ਇੱਕੋ ਝਟਕੇ ਦੇ ਵਿੱਚ ਅੱਜ ਭਾਰਤੀ ਲੋਕਾਂ ਦੇ 4 ਲੱਖ ਕਰੋੜ ਰੁਪਏ ਸਵਾਹ ਹੋ ਗਏ। ਬਿਲਕੁਲ ਤੁਹਾਨੂੰ ਸੁਣਨ ਦੇ ਵਿੱਚ ਸ਼ਾਇਦ ਇਹ ਚੀਜ਼ ਥੋੜ੍ਹੀ ਅਜੀਬ ਲੱਗਦੀ ਹੋਵੇ, ਪਰ ਇਹ ਬਿਲਕੁਲ ਸੱਚ ਹੈ। ਸ਼ੇਅਰ ਬਾਜ਼ਾਰ ਦੇ ਲਈ ਅੱਜ ਦਾ ਦਿਨ ਕਾਲਾ ਦਿਨ ਸਾਬਤ ਹੋਇਆ ਔਰ ਸਭ ਤੋਂ ਵੱਡਾ ਜਿਹੜਾ ਘਾਟਾ ਹੈ ਉਹ HDFC ਬੈਂਕ ਨੂੰ ਪਿਆ। ਬਿਲਕੁਲ ਤੁਹਾਨੂੰ ਸੁਣਨ ਦੇ ਵਿੱਚ ਇਹ ਗੱਲ ਅਜੀਬ ਲੱਗ ਸਕਦੀ ਹੈ, ਇੱਕੋ ਝਟਕੇ ਦੇ ਵਿੱਚ ਭਾਰਤੀ ਲੋਕਾਂ ਦੇ 4 ਲੱਖ ਕਰੋੜ ਰੁਪਏ ਸਵਾਹ ਹੋ ਗਏ। ਇਹ ਬਿਲਕੁਲ ਦਰੁਸਤ ਹੈ। ਦੱਸ ਦਈਏ ਕਿ ਸੈਂਸੈਕਸ ਇੱਕੋ ਵਾਰ 1628.02 ਅੰਕ ਡਿੱਗਿਆ। ਨਿਫਟੀ ਨੇ ਵੀ 460.35 ਅੰਕਾਂ ਦਾ ਗੋਤਾ ਲਗਾਇਆ। HDFC ਬੈਂਕ ਨੂੰ ਵੱਡਾ ਘਾਟਾ ਪਿਆ। HDFC ਬੈਂਕ ਨੂੰ 1 ਲੱਖ ਕਰੋੜ ਦਾ ਨੁਕਸਾਨ ਹੋਇਆ। ਮਾਰਕੀਟ 'ਚ 3 ਮਹੀਨਿਆਂ ਦੀ ਇਹ ਸਭ ਤੋਂ ਵੱਡੀ ਗਿਰਾਵਟ ਹੈ। ਦੇਸ਼ ਦਾ ਇੱਕ ਵੱਡਾ ਨਿੱਜੀ ਬੈਂਕ ਹੈ HDFC ਔਰ ਬੇਹੱਦ ਵੱਡਾ ਇਹ ਘਾਟਾ ਹੈ। ਪਿਛਲੇ 3 ਮਹੀਨਿਆਂ ਦੌਰਾਨ ਜਿੰਨੀ HDFC ਬੈਂਕ ਨੇ ਕਮਾਈ ਕੀਤੀ ਹੈ ਉਸ ਤੋਂ 5 ਗੁਣਾ ਦਾ ਵਾਧੇ ਘਾਟਾ ਜਿਹੜਾ ਦੱਸਿਆ ਜਾ ਰਿਹਾ। ਤਾਂ ਵੱਡੇ ਪੱਧਰ ਦੇ ਉੱਤੇ ਜਿਹੜਾ ਇੱਕ ਕਾਲਾ ਦਿਨ ਸਾਬਤ ਹੋਇਆ ਸ਼ੇਅਰ ਮਾਰਕੀਟ ਦੇ ਲਈ, ਸਭ ਤੋਂ ਵੱਡਾ ਘਾਟਾ HDFC ਬੈਂਕ ਨੂੰ ਪਿਆ। ਮੁੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਜਿਹੜਾ ਸੈਂਸੈਕਸ ਹੈ, ਔਰ ਦੱਸ ਦਈਏ ਕਿ ਇੱਕੋ ਝਟਕੇ ਦੇ ਵਿੱਚ ਭਾਰਤੀ ਲੋਕਾਂ ਦੇ 4 ਲੱਖ ਕਰੋੜ ਰੁਪਏ ਸਵਾਹ ਹੋ ਗਏ ਨੇ। ਔਰ ਸੈਂਸੈਕਸ ਇੱਕੋ ਵਾਰ 1628.02 ਅੰਕ ਡਿੱਗਿਆ। ਨਿਫਟੀ ਨੇ ਵੀ 460.35 ਅੰਕਾਂ ਦਾ ਗੋਤਾ ਲਗਾਇਆ ਔਰ HDFC ਬੈਂਕ ਨੂੰ 1 ਲੱਖ ਕਰੋੜ ਦਾ ਨੁਕਸਾਨ ਹੋਇਆ। ਬੇਹੱਦ ਵੱਡਾ ਨੁਕਸਾਨ ਹੈ ਔਰ ਮਾਰਕੀਟ 'ਚ ਇਹ 3 ਮਹੀਨਿਆਂ ਦੀ ਸਭ ਤੋਂ ਵੱਡੀ ਜਿਹੜੀ ਗਿਰਾਵਟ ਮੰਨੀ ਜਾ ਰਹੀ ਹੈ। ਹਾਲਾਂਕਿ ਜਿਹੜੇ ਮਾਹਰ ਨੇ ਉਹਨਾਂ ਦਾ ਕਹਿਣਾ ਕਿ ਬੇਹੱਦ ਜਲਦੀ ਜਿਹੜੀ ਮਾਰਕੀਟ ਹੈ ਇਸ ਤੋਂ ਉੱਭਰ ਪਾਵੇਗੀ, ਪਰ ਇੱਕ ਵੱਡਾ ਘਾਟਾ ਜ਼ਰੂਰ ਜਿਹੜਾ ਨਿਵੇਸ਼ਕਾਂ ਨੂੰ ਪਿਆ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਅਤੇ ਖਬਰ ਸ਼ੇਅਰ ਬਾਜ਼ਾਰ ਦੇ ਨਾਲ ਜੁੜੀ ਹੋਈ ਹੈ। ਇੱਕੋ ਝਟਕੇ ਦੇ ਵਿੱਚ ਅੱਜ ਭਾਰਤੀ ਲੋਕਾਂ ਦੇ 4 ਲੱਖ ਕਰੋੜ ਰੁਪਏ ਸਵਾਹ ਹੋ ਗਏ। ਬਿਲਕੁਲ ਤੁਹਾਨੂੰ ਸੁਣਨ ਦੇ ਵਿੱਚ ਸ਼ਾਇਦ ਇਹ ਚੀਜ਼ ਥੋੜ੍ਹੀ ਅਜੀਬ ਲੱਗਦੀ ਹੋਵੇ, ਪਰ ਇਹ ਬਿਲਕੁਲ ਸੱਚ ਹੈ। ਸ਼ੇਅਰ ਬਾਜ਼ਾਰ ਦੇ ਲਈ ਅੱਜ ਦਾ ਦਿਨ ਕਾਲਾ ਦਿਨ ਸਾਬਤ ਹੋਇਆ ਔਰ ਸਭ ਤੋਂ ਵੱਡਾ ਜਿਹੜਾ ਘਾਟਾ ਹੈ ਉਹ HDFC ਬੈਂਕ ਨੂੰ ਪਿਆ। ਬਿਲਕੁਲ ਤੁਹਾਨੂੰ ਸੁਣਨ ਦੇ ਵਿੱਚ ਇਹ ਗੱਲ ਅਜੀਬ ਲੱਗ ਸਕਦੀ ਹੈ, ਇੱਕੋ ਝਟਕੇ ਦੇ ਵਿੱਚ ਭਾਰਤੀ ਲੋਕਾਂ ਦੇ 4 ਲੱਖ ਕਰੋੜ ਰੁਪਏ ਸਵਾਹ ਹੋ ਗਏ। ਇਹ ਬਿਲਕੁਲ ਦਰੁਸਤ ਹੈ। ਦੱਸ ਦਈਏ ਕਿ ਸੈਂਸੈਕਸ ਇੱਕੋ ਵਾਰ 1628.02 ਅੰਕ ਡਿੱਗਿਆ। ਨਿਫਟੀ ਨੇ ਵੀ 460.35 ਅੰਕਾਂ ਦਾ ਗੋਤਾ ਲਗਾਇਆ। HDFC ਬੈਂਕ ਨੂੰ ਵੱਡਾ ਘਾਟਾ ਪਿਆ। HDFC ਬੈਂਕ ਨੂੰ 1 ਲੱਖ ਕਰੋੜ ਦਾ ਨੁਕਸਾਨ ਹੋਇਆ। ਮਾਰਕੀਟ 'ਚ 3 ਮਹੀਨਿਆਂ ਦੀ ਇਹ ਸਭ ਤੋਂ ਵੱਡੀ ਗਿਰਾਵਟ ਹੈ। ਦੇਸ਼ ਦਾ ਇੱਕ ਵੱਡਾ ਨਿੱਜੀ ਬੈਂਕ ਹੈ HDFC ਔਰ ਬੇਹੱਦ ਵੱਡਾ ਇਹ ਘਾਟਾ ਹੈ। ਪਿਛਲੇ 3 ਮਹੀਨਿਆਂ ਦੌਰਾਨ ਜਿੰਨੀ HDFC ਬੈਂਕ ਨੇ ਕਮਾਈ ਕੀਤੀ ਹੈ ਉਸ ਤੋਂ 5 ਗੁਣਾ ਦਾ ਵਾਧੇ ਘਾਟਾ ਜਿਹੜਾ ਦੱਸਿਆ ਜਾ ਰਿਹਾ। ਤਾਂ ਵੱਡੇ ਪੱਧਰ ਦੇ ਉੱਤੇ ਜਿਹੜਾ ਇੱਕ ਕਾਲਾ ਦਿਨ ਸਾਬਤ ਹੋਇਆ ਸ਼ੇਅਰ ਮਾਰਕੀਟ ਦੇ ਲਈ, ਸਭ ਤੋਂ ਵੱਡਾ ਘਾਟਾ HDFC ਬੈਂਕ ਨੂੰ ਪਿਆ। ਮੁੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਜਿਹੜਾ ਸੈਂਸੈਕਸ ਹੈ, ਔਰ ਦੱਸ ਦਈਏ ਕਿ ਇੱਕੋ ਝਟਕੇ ਦੇ ਵਿੱਚ ਭਾਰਤੀ ਲੋਕਾਂ ਦੇ 4 ਲੱਖ ਕਰੋੜ ਰੁਪਏ ਸਵਾਹ ਹੋ ਗਏ ਨੇ। ਔਰ ਸੈਂਸੈਕਸ ਇੱਕੋ ਵਾਰ 1628.02 ਅੰਕ ਡਿੱਗਿਆ। ਨਿਫਟੀ ਨੇ ਵੀ 460.35 ਅੰਕਾਂ ਦਾ ਗੋਤਾ ਲਗਾਇਆ ਔਰ HDFC ਬੈਂਕ ਨੂੰ 1 ਲੱਖ ਕਰੋੜ ਦਾ ਨੁਕਸਾਨ ਹੋਇਆ। ਬੇਹੱਦ ਵੱਡਾ ਨੁਕਸਾਨ ਹੈ ਔਰ ਮਾਰਕੀਟ 'ਚ ਇਹ 3 ਮਹੀਨਿਆਂ ਦੀ ਸਭ ਤੋਂ ਵੱਡੀ ਜਿਹੜੀ ਗਿਰਾਵਟ ਮੰਨੀ ਜਾ ਰਹੀ ਹੈ। ਹਾਲਾਂਕਿ ਜਿਹੜੇ ਮਾਹਰ ਨੇ ਉਹਨਾਂ ਦਾ ਕਹਿਣਾ ਕਿ ਬੇਹੱਦ ਜਲਦੀ ਜਿਹੜੀ ਮਾਰਕੀਟ ਹੈ ਇਸ ਤੋਂ ਉੱਭਰ ਪਾਵੇਗੀ, ਪਰ ਇੱਕ ਵੱਡਾ ਘਾਟਾ ਜ਼ਰੂਰ ਜਿਹੜਾ ਨਿਵੇਸ਼ਕਾਂ ਨੂੰ ਪਿਆ।